हेलो गाइस वेलकम बैक टू माय अनदर ब्लॉग। ते मैं अज अपने आया पिंड तलवाड़े ते इत्थे तहाड़ दा हर साल मेला लगदा वे, ठीक है, पीरां दा मेला लगदा। ते आपां उत्थे जाणा वे ते तुसी मेरे नाल बने रहियो वीडियो च, ठीक है। पूरा मेला वधिया लगे। वैसे इस बारी कोविड रिस्ट्रिक्शन ने जिहड़ियां उहदे करके मेला इन्ना कुछ खास नहीं हैगा, पर पहलां लगदे सी सिंगर वी आंदे सीगे ते अपनियां कबड्डी हुंदी सी। डीसी साहब ने मंजूरी नहीं दित्ती हैगी, इस करके थोड़ा मेले थोड़ा रौनक मेला घट है। ठीक है, ठीक है, वीडियो बने रहो। जो तुम वीडियो वधिया लगी प्लीज लाइक शेयर एंड डोंट फॉरगेट टू माई सब्सक्राइब चैनल, ठीक है जी। ओके जी, फिर आप मिलते हैं, चलो आज मेले ले चलते हैं। असला अंदर रख असला, हेलो तू है की चीज है? तीन दो भाई फिर तो सारी बात अड़ी मच्छी संगल आप लेके नहीं आज के मच्छी आप लेके आए थी यार तो कच्ची भी थले गिर दी सारा लिया है उन्होंने कच्ची थल डिग दी ना बसोला फसाई बसोला फसाई गर्मा गर्म पकौड़िया के दर्शन जलेबिया आहो तंदूरी फुलका चल रहा जी लंगर प्रसाद देख दे फिर गाइस आयो, ठीक है जी। बस पहुंचने वाली आती पहुंच गए गाइस मेले ते। रौनक मेला हुण घट गया क्योंकि असीं आप शाम दे चार बज गए, हुण तां पिंड पिंड दे ही रह गए। बाहरों आंदे ने शहरां दे दूरों दूरों लंघ के चले गए मत्था टेक के। आओ देखो जी, आओ देखो आ चीज मिलदी है हुण कदे देखण नूं। ਅਸੀਂ ਆਏ ਲੇਟ ਆ ਤੇ ਇਸ ਕਰਕੇ ਰੌਣਕ ਮੇਲਾ ਆ ਘਟ ਗਿਆ। ਜੇ ਤੂੰ ਜਲੇਬੀ ਚਾਹੀਦੀ ਨਾ ਕੱਢੀ ਤੇ ਤੂੰ ਆਹਦਾ ਹਿਸਾਬ ਲਾ ਲਈ। जलेबिया नमकीन होनी चाहिए मिठिया ना होना पूरे चाहिए होने गल खा के देखो खा के देखनी ने जलेबिया गर्म ने गर्म ने गर्म जलेबी जलेबी चलो ठीक है चलो आयो चलिए चलो 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 भाई पर्स पुर्स अपने संभाल के रखियो पैसे पुए निकले आने इतो वोट तो नहीं
ਅਗੇ ਐਮ ਐਲ ਏ ਐਮ ਐਲ ਏ ਉਹ ਝੂਠ ਜਿਹੜਾ ਦੂਜਾ ਸੀਗਾ ਆਪਣੇ ਨਾਲ ਕਰਨ ਵੈਸੇ ਸਿੱਧੂ ਕਰਨ ਹੋਟਲੇ ਦਾ ਬੱਬੂ ਮਾਨ ਦੋਨਾਂ ਦਾ ਨਹੀਂ ਦੋਨਾਂ ਦੇ ਇੱਕ ਕਿਹੜਾ ਲੈਗੇ ਸਾਡੇ ਪਿੰਡ ਦੀ ਗਰੀਬ ਦੀ ਮਦਦ ਕਰਦਾ ਸਾਡੇ ਲਈ ਉਹ ਮੈਨੂੰ ਲੱਗਦਾ ਇੱਥੇ ਸਭ ਨਾਲੋਂ ਜਿਆਦਾ ਬੱਬੂ ਮਾਨ ਦੀ ਜਿਆਦਾ ਫੈਨ ਨੇ ਸਿੱਧੂ ਮੂਧਾ ਕਰਦੇ ਓਏ ਆਹ ਕੰਮ ਨੀ ਕਰਨੇ ਹੈਗੇ ਆਇਓ ਚਲੀਏ ਗੋਲ ਗੱਪੇ ਕੀ ਖਾਣਾ ਤੁਸੀਂ ਅਜੀਬਾਂ ਚ ਪਾ ਕੇ ਲਿਫਾਫੇ ਲੈ ਕੇ ਆਇਆ ਲੰਗਰ ਥੋੜਾ ਬਣਦੇ ਨੇ ਕਿਨੂੰ ਆ ਜਾਓ ਚੱਲੀਏ ਫਿਰ ਅੱਜ ਮੇਰੇ ਪਿੰਡ ਤਲਵਾੜਾ ਵਿੱਚ ਬਾਬਾ ਜੋਗੀ ਪੀਰ ਤੇ ਬਾਬਾ ਸ਼ਾਕਰਾਲੀ ਦਾ ਮੇਲਾ ਸੀ ਉਹਨਾਂ ਦੀ ਯਾਦ ਵਿੱਚ ਹਰੇਕ ਸਾਲ ਸਤਹਾੜ 21 ਜੂਨ ਨੂੰ ਸਾਡੇ ਪਿੰਡ ਮੇਲਾ ਲੱਗਦਾ ਵਾ ਜੋ ਕਿ 3 ਸਾਲਾਂ ਤੋਂ ਤਕਰੀਬਨ ਸਿਰਫ ਆ ਕਰੋਨਾ ਦੀ ਮਹਾਂਮਾਰੀ ਕਰਕੇ 2 ਸਾਲ ਤੋਂ ਥੋੜਾ ਜਿਹਾ ਰਸ਼ ਘੱਟ ਹੁੰਦਾ ਨਹੀਂ ਬਹੁਤ ਵਧੀਆ ਮੇਲਾ ਸਾਡਾ ਤਹਿਸੀਲ ਪੱਧਰ ਜ਼ਿਲ੍ਹਾ ਪੱਧਰ ਤੇ ਵਧੀਆ ਲੱਗਦਾ ਵਾ ਤੇ ਅੱਗੇ ਜੋੜ ਮੇਲੇ ਵੀ ਕਰਦੇ ਕੁਸ਼ਤੀਆਂ ਦੇ ਤੇ ਸਾਡੇ ਬਾਬਾ ਜੀ ਦਾ ਭੰਡਾਰਾ ਚਾਦਰ ਚੜਾਈ ਜਾਂਦੀ ਹੈ ਸਭਿਆਚਾਰਕ ਮੇਲੇ ਵੀ ਹੁੰਦੇ ਆ ਐਤਕੀ ਸਭਿਆਚਾਰ ਰਹਿਮਤਾਂ ਦਿੱਤੀਆਂ ਨੇ ਉਹ ਕਰੀ ਜਾਂਦੇ ਆ ਅੱਗੇ ਤੋਂ ਵੱਧ ਚੜ ਕੇ ਹੋਰ ਵੀ ਹਿੱਸਾ ਪਾਵਾਂਗੇ ਤੇ ਵਧੀਆ ਮੇਲਾ ਗਾਂ ਵਾਲੇ ਸਾਲ ਮਨਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਸੁਖਦੇਵ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਕਾਲਾ ਸਿੰਘ ਜੀ ਤੇ ਨਾਲ ਹੀ ਸਰਦਾਰ ਰੇਸ਼ਮ ਸਿੰਘ ਜੀ ਸਾਡੇ ਸਰਪੰਚ ਸਾਹਿਬ ਗੁਰਚਰਨ ਸਿੰਘ ਜੀ ਸਾਰੇ ਸਤਿਕਾਰਯੋਗ ਸਾਡੇ ਪ੍ਰਧਾਨ ਮਲਕੀਤ ਸਿੰਘ ਜੀ ਬਈ ਜਿਨ੍ਹਾਂ ਨੇ ਬੜਾ ਉਦਮ ਕਰਕੇ ਇੰਨਾ ਕੁਛ ਕੀਤਾ ਪੁੱਤ ਬਈ ਔਰ ਸਾਡੇ ਪਿੰਡ ਤੌਰ ਤੇ ਸਾਰਿਆਂ ਨੂੰ ਜਿੰਨੇ ਵੀ ਸਿਸਟਮ ਹੈ ਬਈ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਹੋਈ ਹੈ ਔਰ ਮੇਲਾ ਹੋਇਆ ਜਿੱਦਾਂ ਬਈ ਜਿੰਨਾ ਕੁ ਸਾਨੂੰ ਹੁਕਮ ਹੋਇਆ ਸਾਡੀ ਕਮੇਟੀ ਨੂੰ ਔਰ ਸਾਡੇ ਪ੍ਰਬੰਧਕਾਂ ਨੂੰ ਉਹਨਾਂ ਕੁ ਸਾਡੇ ਪ੍ਰਬੰਧਕ ਕਮੇਟੀ ਨੂੰ ਜਿੰਨਾ ਕੁ ਹੁਕਮ ਹੋਇਆ ਪੁੱਤ ਉਹਨਾਂ ਕੁ ਅਸੀਂ ਸਾਡੇ ਨੰਬਰਦਾਰ ਸਾਹਿਬ ਰੇਸ਼ਮ ਸਿੰਘ ਹਾਸ ਜੀ ਉਹ ਵੀ ਸਾਡੇ ਚ ਮੌਜੂਦ ਨੇ ਸਾਡੇ ਗੁਰਮੀਤ ਸਿੰਘ ਪਹਿਲਵਾਨ ਜੀ ਲੋ ਜੀ ਹੁਣ ਘੋਲਾ ਹੋਣ ਲੱਗਿਆ ਨੇ ਜੈ ਬਾਬਾ ਜੋਗੀ ਪੀਰ ਅਤੇ ਜੈ ਬਾਬਾ ਸ਼ਾਹਕਾਲ ਜੀ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਹਾੜ 21 ਜੂਨ
2021 ਨੂੰ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਧਾਨ ਗੁਰਬਖਸ਼ ਸਿੰਘ ਖਾਸ ਤੇ ਨੰਬਰ 40 ਸਿੰਘ ਜੀ ਖਾਸ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਹਨ ਜਿਸ ਵਿੱਚ ਸਰਪੰਚ ਗੁਰਚਰਨ ਸਿੰਘ ਪ੍ਰਧਾਨ ਗੁਰ ਸੁਖਦੇਵ ਸਿੰਘ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਜਿਸ ਵਿੱਚ अखाड़िया तो पहलवान पहुंच के अपने जोर का हाँ जी गाइस घोला हो गया ने सारिया ठीक है ते बहुत मजा आया इस बार छोटे छोटे बच्चों दिया घोला ते वड्डे दिया घट ही कराइया ने सारे दिया ते बस वीडियो तो इतनी आप एंड करते हैं ठीक है जी ते थोनू वीडियो वधिया लगदी है प्लीज लाइक सब्सक्राइब एंड शेयर भी कर दे ठीक है हुण सारे मतलब मेले की समाप्ति है लोग अपने घर नूं जा रहे ने ते खेती समाप्ति हो गई चलो ठीक है अगले ब्लॉग च ओके जी बाय बाय सारे नूं सत श्री अकाल।